ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅਨਮੋਲ ਵੱਲੋਂ ਤੇ ਵੀਰੇ, ਅੱਜ ਆਪਾਂ ਇੱਕ ਗਾਣਾ ਲਿਖਿਆ ਸੀਗਾ ਜੋ ਤੁਹਾਡੇ ਸਾਰਿਆਂ ਨੇ ਸ਼ੇਅਰ ਕਰਨਾ ਸੀਗਾ, ਜਿਹਦੇ ਵਿੱਚ ਵੀ ਇੱਕ ਬੰਦਾ ਆਈਲੈਟਸ ਕਰਦਾ ਵਾ ਤੇ ਆਈਲੈਟਸ ਦੇ ਬੈਂਡ ਨਹੀਂ ਹੁੰਦੇ ਤੇ ਫਿਰ ਬੰਦਾ ਕਹਿੰਦਾ ਚਲ ਵੀ ਯੂਰੋਪ ਨੂੰ ਚੱਲੀਏ, ਹੈਨਾ, ਜੈਂਟਾਂ ਨੂੰ ਪੈ ਪੂਏ ਦੇ ਕੇ ਧੱਕੇ ਖਾ ਕੇ ਤੇ ਪਹੁੰਚ ਜਾਂਦਾ ਤੇ ਉੱਥੋਂ ਜਿਹੜੀ ਸਾਡੀ ਨਾਲ ਦੀ ਹੈ ਉਹ ਕੈਨੇਡਾ ਪਹੁੰਚ ਜਾਂਦੀ ਹੈ ਆਈਲੈਟਸ ਦੇ 6-7 ਬੈਂਡ ਲੈ ਕੇ, ਉੱਥੇ ਆ ਕੇ ਸਾਨੂੰ ਕਰਦੀ ਟੀਚਰਾਂ ਤੇ ਫਿਰ ਇੱਥੇ ਬੈਠਾ ਬੰਦਾ ਕੀ ਕਹਿੰਦਾ ਉਹਨੂੰ ਸੁਣ ਕੇ ਜ਼ਰਾ ਬਾਬਿਓ। ਹੋ 12 ਲੱਖ ਲਾ ਕੇ ਨੀ ਮੈਂ ਪਿੰਡੋ ਤੁਰਿਆ, ਨਾ ਹੀ ਲੋੜ ਪਈ ਆਈਲੈਟਸ ਬੈਂਡਾਂ ਦੀ, ਹੋ ਨਾ ਹੀ ਮੈਨੂੰ ਫਿਕਰ ਕਲਾਸਾਂ ਲਾਉਣ ਦੀ, ਨਾ ਹੀ ਇੱਥੇ ਯੱਬ ਕੋਈ ਫੀਸਾਂ ਵਾਲਿਆ, ਉਹ ਥੱਕ ਗਈ ਤੂੰ ਕਰ ਕਰ ਫੀਸਾਂ ਕੱਟੀਆਂ, ਉਹ ਥੱਕ ਗਈ ਤੂੰ ਕਰ ਕਰ ਫੀਸਾਂ ਕੱਟੀਆਂ, ਉਹ ਯਾਰ ਹੁਣੀ ਇੱਥੇ ਤਾਂ ਨਜ਼ਾਰੇ ਲੈਂਦੇ ਆ, ਉਹ ਪੁੱਛ ਲਈ ਤੂੰ ਪਿੰਡ ਮੇਰੇ ਜਾ ਕੇ ਕੁੜੀਏ, ਉਹ ਕਹਿਣਗੇ ਉਹ ਮੁੰਡਾ ਤਾਂ ਯੂਰੋਪ ਪੱਕਾਇਆ, ਉਹ ਪੁੱਛ ਲਈ ਤੂੰ ਪਿੰਡ ਮੇਰੇ ਜਾ ਕੇ ਕੁੜੀਏ, ਉਹ ਕਹਿਣਗੇ ਉਹ ਮੁੰਡਾ ਤਾਂ ਪੁਰਤਗਾਲ ਪੱਕਾਇਆ। ਅੱਛਾ ਵੀਰੇ, ਆਪਾਂ ਇੱਥੇ ਕੰਮ ਕਰਦੇ ਆ ਵੀ ਫਰੀਡਮ ਨਾਲ, ਠੀਕ ਹੈ ਜੀ, ਪੁਰਤਗਾਲ ਚ ਫੁੱਲ ਨਜ਼ਾਰੇ ਆ, ਕੋਈ ਚੱਕਰ ਨੀ ਏਦਾਂ ਦਾ, ਉੱਥੇ ਕੰਮ ਕਰਨਾ ਪੈਂਦਾ ਵੀ ਲੋਕ ਛੁੱਕ ਕੇ, ਸਟੱਡੀ ਵੀ ਕਰਨੀ ਹੁੰਦੀ ਅਗਲੇ ਨੇ, ਵਧੀਆ ਹੱਸਦਾ ਮੋਹਿਤ ਬੋ ਤੇ ਕੀ ਕਹਿੰਦਾ ਇੱਥੇ, ਉਹ ਸੁਣਿਆ ਤੂੰ ਕੰਮ ਕਰੇ ਲੁਕ ਲੁਕ ਕੇ, ਉਹ ਕਹਿੰਦੇ ਆ ਕੈਨੇਡਾ ਜੋ ਅੰਡਰ ਟੇਬਲ ਨੀ, ਉਹ ਸਾਨੂੰ ਪੁੱਛ ਮੌਜ ਕਿੰਨੀ ਲੱਗੀ ਮਿੱਟੀ, ਏ ਡਾਲਰ ਨਾਲ ਵਧਿਆ ਯੂਰੋ ਦਾ ਸਿੱਕਾ ਨੀ, ਉਹ ਕਹਿੰਦੀ ਸੀ ਮੈਂ ਵਾਈਟ ਕਲਰ ਜੋਬ ਕਰਦੀ, ਉਹ ਕਹਿੰਦੀ ਸੀ ਮੈਂ ਵਾਈਟ ਕਲਰ ਜੋਬ ਕਰਦੀ, ਵੇਖੀਆਂ ਸਨੈਪਾਂ ਤੇਰੀਆਂ ਮੈਂ ਕੱਲ ਲਈ, ਉਹ ਫੜ ਲਈ ਮੈਂ ਕੱਲ ਬਿੱਲੀ ਭਾਂਡੇ ਮਾਜਦੀ, ਉਹ ਕਹਿੰਦੀ ਸੀ ਜੋ ਤੋੜਦਾ ਨਾ ਤੂੰ ਕੋਈ ਡਕਾਇਆ, ਉਹ ਪੁੱਛ ਲਈ ਤੂੰ ਪਿੰਡ ਮੇਰੇ ਜਾ ਕੇ ਕੁੜੀਏ, ਉਹ ਕਹਿੰਦੇ ਮੁੰਡਾ ਤਾਂ ਯੂਰੋਪ ਪੱਕਾਇਆ, ਉਹ ਪੁੱਛ ਲਈ ਅੰਮ੍ਰਿਤਸਰ ਜਾ ਕੇ ਕੁੜੀਏ, ਕਹਿਣਗੇ ਮੁੰਡਾ ਤਾਂ ਪੁਰਤਗਾਲ ਪੱਕਾਇਆ। ਅੱਛਾ, ਇਹ ਗੱਲ ਆਪਾਂ ਕਰਨ ਚੱਲੇ ਆ, ਆਪਣਾ ਯਾਰ ਹੈ ਇਸ਼ੂ ਸਪੇਨ ਦੇ ਵਿੱਚ, ਘੈਂਟ ਬੰਦਾ, ਸਹੀ ਆ ਨਜ਼ਾਰੇ ਲੈਂਦਾ ਉੱਥੇ ਵੀ ਪੂਰੇ, ਉਹਦੇ ਬਾਰੇ ਕੀ ਲਿਖਿਆ ਸੁਣ ਕੇ ਜਰਾ ਬਾਬਿਓ। ਹੋਏ ਆਈਫੋਨ ਵਾਲੀਆਂ ਤੇਰੀਆਂ ਸਰਦੀਆਂ, ਹੋ ਕਰਦੀਆਂ ਕੀ ਤੂੰ ਸਾਨੂੰ ਸ਼ੋਅ ਆਫ ਨੀ, ਹੋ ਪਤਾ ਮੈਨੂੰ ਇਹ ਤੂੰ ਕਿਸ਼ਤਾਂ ਦੇ ਚੱਕਿਆ, ਉਹ ਫੋਕੀਆਂ ਦਾ ਹੁੰਦਾ ਦੱਸ ਕੀ ਪਰੌਗਨੀ, ਉਹ ਕੱਲ ਹੀ ਮੈਂ ਇੱਕ ਇੰਡੀਆ ਨੂੰ ਭੇਜਿਆ, ਉਹ ਕੱਲ ਹੀ ਮੈਂ ਇੱਕ ਇੰਡੀਆ ਨੂੰ ਭੇਜਿਆ, ਚੱਕੀ ਫਿਰਦਾ ਉਹ ਜਿਹੜਾ ਮੇਰਾ ਦਾਦਾ ਆ, ਉਹ ਪੁੱਛ ਲਈ ਤੂੰ ਪਿੰਡ ਮੇਰੇ ਜਾ ਕੇ ਕੁੜੀਏ, ਕਹਿਣਗੇ ਉਹ ਮੁੰਡਾ ਤਾਂ ਸਪੇਡ ਪੱਕਾਇਆ, ਉਹ ਪੁੱਛ ਲਈ ਤੂੰ ਮਹਿਤਪੁਰ ਜਾ ਕੇ ਕੁੜੀਏ, ਉਹ ਕਹਿਣਗੇ ਉਹ ਇਸ਼ੂ ਤਾਂ ਸਪੇਡ ਪੱਕਾਇਆ। ਅੱਛਾ ਵੀਰੋ, ਇਹ ਗੱਲ ਜਿਹੜੀ ਹੈਗੀ ਆਉਣ ਵਾਲੀ, ਇਹ ਮੈਂ ਲਿਖੀ ਆਪਣੇ 4-5 ਯਾਰਾਂ ਦੋਸਤਾਂ ਕਰਕੇ, ਵੀ ਆਪ ਵੀ ਬੜੀਆਂ ਲਵ ਸਟੋਰੀਆਂ ਸੁਣਾਉਂਦੇ ਆਪਣਾ, ਠੀਕ ਹੈ, ਹਰਮਨ ਹੋ ਗਿਆ, ਇੰਦਰਪਾਲ ਹੋ ਗਿਆ, ਸੈਂਟੀ ਹੋ ਗਿਆ, ਸੇਠੀ ਹੋ ਗਿਆ, ਬਿੱਲਾ ਹੋ ਗਿਆ, ਮੋਹਿਤ ਹੋ ਗਿਆ, ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਾਂ ਕੀ ਲਿਖਦੇ ਹਾਂ। ਹੋ ਮੂਵੀ ਔਨ ਕਰ ਗਈ ਸੀ ਮੈਨੂੰ ਆਖ ਕੇ, ਜਾਂ ਤੇਰੇ ਨਾਲ ਨਿਭਣੀ ਨੀ ਜਾ ਵੇਲਣਾ, ਜਾਂ ਕੰਮ ਕਰ ਕਰ ਲਾ ਨਹੀਂ ਤਾਂ ਕਿਸੇ ਨੇ ਤੈਨੂੰ ਕੁੜੀ ਵੀ ਨੀ ਦੇਣੀ ਤੈਨੂੰ ਜਾ ਵੇਲੜਾ, ਕਿ ਦੱਸਾਂ ਅੱਜ ਹਾਸਾ ਅੱਜ ਨਹੀਂ ਉਹ ਰੁਕਦਾ, ਇੱਕ ਟਾਈਮ ਹੁੰਦਾ ਸੀਗਾ ਜਦੋਂ ਤੂੰ ਵੀ ਹੱਸਦੀ, ਸੋ ਰੱਬ ਦੀ ਜੋ ਅੱਜ ਮੈਥੋਂ ਜਾਣ ਵਾਰਦੀ, ਆਉਂਦੇ ਸਾਲ ਉਹਦੇ ਨਾਲ ਹੋਣੀਆਂ ਉਹ ਲਾਵਾਇਆ, ਬਸ ਆਉਣ ਵਾਲਾ ਟਾਈਮ ਉਹ ਵੀ ਕਿਹਾ ਕਰੂਗੀ, ਮੇਰਾ ਹੋਣ ਵਾਲਾ ਹੱਬੀ ਪੁਰਤਗਾਲ ਪੱਕਾਇਆ। ਸਤਿ ਸ਼੍ਰੀ ਅਕਾਲ ਵੀਰੋ, ਸ਼ੇਅਰ ਕਰਿਓ ਦੱਬ ਕੇ।